सारे सुख पाइए रामा, सारे सुख पाइए रामा। सारे सुख पाइए रामा, रंग रो आत्मे रंग लवो आत्मे राम, सारे सुख पाइए सारे सुख पाइए रामा, रंग रवो आत्मे रंग रवो आत्मे राम, सारे सुख पाइए बने बसे क्यों पाइए, बने बसे क्यों पाइए जलो मनो नत जो बेकार, बने बसे क्यों पाइए जोलो मनो न तजो जे कार बन संसार जह कर बन संसार किया ते
रे सुख पाइए रामा सारे सुख पाइए जटा पसम लेपन किया जटा पसम लेपन किया मन जीते जग जीते मन जीते जग जीते अंजन
दे सब कोई मुक चाहन महे बिडा चाहन महे बिडा ज्ञान अंजन ज्ञान अंजन जप तेलोन परवा कहे कबीर अब जानिया कहे कबीर अब जानिया गुर ज्ञान दिया समझा गुर ज्ञान दिया समझा अंतर गत हर भेटिया अंतर गत हर भेटिया अब मेरा मन अब मेरा मन कतू न जा अब मेरा मन कतू न जा Yeah, Rama, Sa.
सुख पाइए रामा सार सुख पाइए रामा रंग रवो आत्म राम सार सुख पाइए बन बसे जो पाइए बन बसे जो पाइए जो लो मनो ना तजे बुकार बन बसे क्यों पाइए जे कार बन संसार किया सार सुख जे कार बन संसार किया ते पूरे संसार सार सुख सार सुख पाइए रामा रंग रवो आत्म राम जटा पसम लेपन किया सुख ले सुख शब्द बड़ा प्रचलित वर्ष की तीसी दुनिया की जिन्नी हलचल है मूवमेंट है सारी सुख दे दुआले है कोई सुख ढूंढ रहे है कोई सुख संभाल रहे है जेड़ा संभाल रहे है वो इसलिए किते सुख चला ना जाए क्योंकि सुख का सुभाव है वो टिकता नहीं किसी मनुख को सुख कदी हमेशा नहीं टिकया इसलिए जीवन जेड़ा है उनके विच सुख दुख दोए दार कपड़े हो गया कदी सुख कदी दुख लोग सहज एक गल ते मनन लग पे भी जीवन विच उतरा चढ़ा आउंदे ही नहीं मनुख नूं मनना पिया कोई मनुख ऐसा नहीं जिस दे जीवन विच हमेशा हमेशा लई सुख रहा होवे बल्कि मैं एक बार अर्ज कीती सी भी मनुख कई बार सुख संभालन लई भी दुखी हो रहा हुंदा है ਉਹਨੂੰ ਚਿੰਤਾ ਜਿਹਾ ਹਾਲਾਂ ਸੁੱਖ ਜਾ ਗਿਆ ਨਹੀਂ ਹੁੰਦਾ ਕੋਲ ਹੁੰਦਾ ਪਰ ਫਿਰ ਵੀ ਉਹਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਸੁੱਖ ਚਲਾ ਨਾ ਜਾਏ ਚਲਾ ਨਾ ਜਾਏ ਇਹ ਵੀ ਇੱਕ ਚਿੰਤਾ ਹੈ ਪਰ ਕਿੱਡੀ ਅਜੀਬ ਗੱਲ ਹੈ ਮਨੁੱਖ ਸਾਰਾ ਮਨੁੱਖਤਾ ਸਾਰੀ ਸੁੱਖ ਦੇ ਦੁਆਲੇ ਹੈ ਪਰ ਸੁੱਖ ਵਿੱਚ ਵੀ ਬੜੀਆਂ ਵੱਖ ਵੱਖ ਕੁਆਲਿਟੀਆਂ ਨੇ ਇਹ ਗੱਲ ਅੱਜ ਦੇ ਕਬੀਰ ਦੇ ਇਸ ਸ਼ਬਦ ਵਿੱਚੋਂ ਬੜੀ ਕਲੀਅਰ ਹੋਈ
ਬਾਬਾ ਕਬੀਰ ਜੀ ਨੇ ਅੱਜ ਦੇ ਲਫ਼ਜ਼ ਵਿੱਚ ਸ਼ਬਦ ਵਿੱਚ ਸੁੱਖ ਲਫ਼ਜ਼ ਇਕੱਲਾ ਨਹੀਂ ਛੱਡਿਆ, ਉਹਦੇ ਨਾਲ ਇੱਕ ਲਫ਼ਜ਼ ਸਾਰ ਪਾ ਦਿੱਤਾ। ਅਤੇ ਜਦੋਂ ਅਸੀਂ ਗੁਰਬਾਣੀ ਦੇ ਸ਼ਬਦਾਂ ਨੂੰ ਵਿਚਾਰਨੇ ਹਾਂ, ਉਹਦੇ ਵਿੱਚੋਂ ਕੋਈ ਨਵੀਂ ਘੁੰਡੀ ਖੁੱਲ੍ਹਦੀ ਹੈ। ਇਹਦਾ ਮਤਲਬ ਸੁੱਖ ਵੀ ਵੱਖ ਵੱਖ ਕਿਸਮ ਦੇ ਨੇ। ਕਹਿਣ ਲੱਗੇ ਹਾਂ, ਜਿਹੜੇ ਸੁੱਖ ਲੋਕਾਂ ਕੋਲ ਨੇ ਉਹ ਸਾਰ ਸੁੱਖ ਨਹੀਂ। ਸਭ ਤੋਂ ਵਧੀਆ ਕੁਆਲਿਟੀ ਦੇ ਨਹੀਂ, ਸੁੱਖ ਵਿੱਚ ਵੱਖ ਵੱਖ ਪੱਧਰ ਹੈ। ਕਹਿਣ ਲੱਗੇ ਕਈ ਵਾਰ ਤਾਂ ਐਸਾ ਵੀ ਹੁੰਦਾ ਕਿ ਮਨੁੱਖ ਸੁੱਖ ਮੰਗਦਾ ਦੁੱਖ ਆ ਜਾਂਦਾ, ਸੁੱਖ ਦੇ ਵਿੱਚ ਛੁਪਿਆ ਹੋਇਆ ਦੁੱਖ ਆ ਜਾਂਦਾ। ਮਨੁੱਖ ਸੁੱਖ ਲੈ ਕੇ ਆਉਂਦਾ, ਉਹਦੇ ਵਿੱਚ ਛੁਪਿਆ ਹੋਇਆ ਦੁੱਖ ਆ ਜਾਂਦਾ, ਅਤੇ ਗੁਰੂ ਨੂੰ ਆਖਣਾ ਪੈਂਦਾ ਮੈਨੂੰ ਇਹ ਸੁੱਖ ਦੀ ਵੀ ਲੋੜ ਨਹੀਂ ਕਿਉਂਕਿ ਇਹਦੇ ਵਿੱਚ ਦੁੱਖ ਆ ਗਿਆ। ਸੁੱਖ ਮੰਗਦੇ ਸੁੱਖ ਮੰਗ ਤੋ ਦੁੱਖ ਅੱਗੇ ਆਵੇ, ਛੁਪ ਕੇ ਆ ਗਿਆ। ਮੈਂ ਤੇ ਨਹੀਂ ਚਾਹਿਆ ਸੀ ਮੇਰੇ ਘਰ ਦੁੱਖ ਆ ਜਾਏ, ਇਹ ਕਿਵੇਂ ਆ ਗਿਆ? ਕਹਿਣ ਲੱਗੇ ਜਿਹੜਾ ਸੁੱਖ ਤੇਰੇ ਘਰ ਆਇਆ ਸੀ ਨਾ, ਉਹਦੇ ਵਿੱਚ ਇਹ ਛੁਪ ਕੇ ਆ ਗਿਆ। ਕਹਿਣ ਲੱਗਾ ਫਿਰ ਮੈਨੂੰ ਇਹ ਜੇ ਸੁੱਖ ਦੀ ਵੀ ਲੋੜ ਨਹੀਂ। ਸੁੱਖ ਮੰਗ ਦੁੱਖ ਅੱਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਭਾਵੇ। ਮੈਨੂੰ ਤੇ ਉਹ ਸੁੱਖ ਚੰਗਾ ਹੀ ਨਹੀਂ ਲੱਗਦਾ, ਇਹ ਸੁੱਖ ਵੀ ਲੈ ਲੈ, ਹੈਂ ਮੈਨੂੰ ਸੁੱਖ ਨਹੀਂ ਚਾਹੀਦਾ ਜਿਹੜਾ ਸੁੱਖ ਮਿਲਾਵਟ ਵਾਲਾ ਹੋਵੇ। ਵਧੀਆ ਕੁਆਲਿਟੀ ਜਿਹੜੀ ਹੋਵੇ ਉਹਦੇ 'ਚ ਮਿਲਾਵਟ ਤਾਂ ਨਹੀਂ ਨਾ ਹੁੰਦੀ। ਮੈਨੂੰ ਸੁੱਖ ਨਹੀਂ ਚਾਹੀਦਾ ਜਿਹਦੇ ਵਿੱਚ ਦੁੱਖ ਦੀ ਮਿਲਾਵਟ ਹੋਵੇ, ਲੈ ਕੇ ਸੁੱਖ ਆਵਾਂ ਅਤੇ ਨਾਲ ਦੁੱਖ ਵੀ ਆ ਜਾਏ, ਮੈਨੂੰ ਉਹ ਸੁੱਖ ਨਹੀਂ ਚਾਹੀਦਾ। ਇਹੋ ਕਾਰਨ ਹੈ ਦੁਨੀਆਂ ਦੇ ਮਨੁੱਖਾਂ ਕੋਲ ਸੁੱਖ ਪਾਲਣ ਦੀ ਕਪੈਸਿਟੀ ਵੀ ਬੜੀ, ਸਾਰੀ ਜ਼ਿੰਦਗੀ ਸੁੱਖ ਪਾਲਦਾ ਰਹਿੰਦਾ। ਐਸੀ ਗੱਲ ਨਹੀਂ ਨਿਰਾ ਪਾਲਦਾ ਰਹਿੰਦਾ, ਇਕੱਤਰ ਵੀ ਕਰ ਲੈਂਦਾ। ਅਸੀਂ ਕਈ ਵਾਰ ਦੂਰੋਂ ਅੰਦਾਜ਼ਾ ਲਗਾ ਕੇ ਆਖ ਦਿੰਦੇ ਹਾਂ ਫਲਾਣ ਦੇ ਘਰ ਸਾਰੇ ਹੀ ਸੁੱਖ ਨੇ, ਸਾਰੇ ਹੀ ਸੁੱਖ ਨੇ, ਪਰ ਸਾਨੂੰ ਨਹੀਂ ਪਤਾ ਹੁੰਦਾ ਵੀ ਇਹ ਜਿੰਨੇ ਸੁੱਖ ਇਹਦੇ ਘਰ ਨੇ ਇਹਦੇ ਵਿੱਚ ਮਿਲਾਵਟ ਹੈ, ਵਧੀਆ ਕੁਆਲਿਟੀ ਨਹੀਂ। ਮਿਲਾਵਟ ਹੈ ਇਹਦੇ ਕੋਲ, ਪੁੱਛ ਲੈ। ਸਾਰੇ ਸੁੱਖ ਇਹਦੇ ਘਰ ਹੈ, ਉਹ ਕੋਈ ਨਾ ਕੋਈ ਦੁੱਖ ਜ਼ਰੂਰ ਸੁਣਾ ਦੇਵੇਗਾ। ਜਿਹਦੇ ਘਰ ਆਪਾਂ ਸਾਰੇ ਸੁੱਖ ਸਮਝੀਏ ਨਾ, ਉਹਦੇ ਵੀ ਨੇੜੇ ਹੋ ਕੇ ਜ਼ਰਾ ਪੁੱਛਿਓ ਤੇਰੇ ਘਰ ਸਾਰੇ ਸੁੱਖ ਨੇ। ਬਲਕਿ ਉਹ ਜਦੋਂ ਆਪਣੀਆਂ ਹਿਰਦੇ ਦੀਆਂ ਪੰਡਾਂ ਖੋਲੇਗਾ ਨਾ, ਉਹ ਵੇਖੇਗਾ ਤੇ ਆਖੇਗਾ ਮੇਰੇ ਦੁੱਖ ਹੀ ਦੁੱਖ ਨੇ, ਸੁੱਖ ਤੇ ਕੋਈ ਨਹੀਂ, ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਸਿਓ ਕੋਈ। ਕੀ ਕਾਰਨ? ਦੁਨੀਆਂ ਦੇ ਲੋਕ ਜਿਹੜੇ ਦਿਨ ਰਾਤ ਸੁੱਖ ਢੂੰਡ ਰਹੇ ਨੇ, ਜਿੰਨਾ ਕੁਝ ਬਣਾਇਆ ਜਾ ਰਿਹਾ ਮਨੁੱਖ ਨੂੰ ਸੁਖੀ ਕਰਨ ਲਈ ਬਣਾਇਆ ਜਾ ਰਿਹਾ, ਦਿਨ ਰਾਤ ਇੰਡਸਟਰੀ, ਚੰਗੇ ਚੰਗੇ ਸਿਆਣੇ ਇੰਜੀਨੀਅਰ ਦਿਨ ਰਾਤ ਲੱਗੇ ਹੋਏ ਨੇ ਮਨੁੱਖ ਲਈ ਸੁੱਖ ਪੈਦਾ ਕਰਨ, ਸੁੱਖ ਲਈ ਬਣਾਇਆ ਜਾ ਰਿਹਾ, ਪਰ ਮਨੁੱਖ ਸੁਖੀ ਨਹੀਂ ਹੋ ਰਿਹਾ, ਅੱਗੇ ਨਾਲੋਂ ਜ਼ਿਆਦਾ ਦੁਖੀ ਹੋ ਰਿਹਾ। ਅੱਗੇ
इन्ने सुख दे समान साधन नहीं सन, पर लोग हुण नालों सुखी सन। सुख दी नींदे सौंदे सन, सादी रोटी खा के सादे बिस्तरे ते कच्चे कोठे विच रह के सुख दी नींदर आउंदी सी। पर अज इन्ने साधन होण दे बावजूद फिर नींद दीयां गोलियां लैणियां पैंदियां ने। सुख दी नींद कोई नहीं, की कारण? सुख ते ज्यादा ने, साधन भी अगे नालों ज्यादा ने, फिर चिंता क्यों, दुख क्यों? कारण इस जिन्ने सुख आए ने मिलावट वाले आए ने। इतने लफज मैं सार नूं स्पष्ट करना चाहना, ये लफज बाबा कबीर ने क्यों वरतिया? सार सुख पाई है रामा। सार दा अर्थ हुंदा है वधिया किस्म दा, श्रेष्ठ सुख। सार दा मतलब है श्रेष्ठ, सब तो वधिया। ये लफज सारे सर तो बने ने, सर भी शरीर दा सब तो उपरला अंग है, सब तो उच्चा है सिर, सिर दे उत्ते होर कुछ नहीं। ए आपां कह दिंदे आ सिरे दी चीज है भाव सब तो वधिया चीज है, जिहड़ी मैं तैनूं दिखा रहा यह सिरे दी चीज है भाव सब तो वधिया चीज है। सार लफज, श्रेष्ठ लफज, सर लफज, सिरे दी चीज का मतलब इको ही है, जिंदा मतलब है सब तो चंगी, इंदे तो वधिया होर कोई चीज नहीं, प्योर। कहन लगे हे राम रहमत कर मैनू, हुण तक जिन्ने बाजार विच्चों मार्केट विच्चों दुनिया दे संसार दे बाजारां विच्चों मिले ने, सब मिलावट वाले सुखी मिले ने, उन्हां दे विच दुख है। जिवें हर लकड़ दे अंदर अग है, आतिश दुनिया है, क्योंकि संसार अग है, इसलिए इहदे पानी विच भी अग है। मैं एक वारस कीती सी, पानी दी अग लकड़ां दी अग नालों ज्यादा खतरनाक है। जदों आसमान ते बिजली चमकदी निकलदी, पानी टकराउंदे ने, बदल टकराउंदे ने, ते ओ अग संसार दे बालण दी अग नालों ज्यादा खौफनाक है। आतिश दुनिया, कहन लगे इत्थे जिन्नी चीज है जहर है, ते मैं उस जहर विच्चों तृप्ति पालना, बिख्या मैं किन्हीं तृप्त न पाई, ज्यों पावक ईदन नहीं त्रापे, बिन हार कहां अगाई। हे राम मैनू भी सुख की लोड़ है, पर मैनू सार सुख दे जिंदे च मिलावट ना हो, वधिया किस्म दा श्रेष्ठ सुख। हुण तक जिन्ने सुख मैं इकट्ठे कीते ने, उन्हां दे विच छुपिया होया किसे ना किसे का ढंग नाल दुख भी आ गया। मैं कीती सी मकान जिंदे कोल नहीं वह दुखी है, उंदी तां इक्को चाहत है ना मकान बन जाए, ते जिन्ने अपना महल बना लिया उनकी चिंता उदों दिन रात बन गई, इन्हें मेनटेन किमें रखना, इन कली कराने, फलानी चीज टुट गई, फलाना टैक्स देना है। वो एक चिंता सी उन्हों मकान बनाने की, इन दस चिंता ने नाल घेर लिया। ख्याल करो हर सुख के पिछे दुख तो छुपया हुआ आ रहा है, क्योंकि पदार्थों में जिन्ना सुख है मिलावट वाला है, प्योर नहीं, सार सुख नहीं। बस आ चीज दिखनी है सार सुख नहीं। ते मनुख सुख ढूंढता है, ऐथे उन गल बाबा कबीर उन्हां दी कर रहे ने, जिहड़े लोगों ने संसार दे अंदर तो दुख महसूस किया भी इत्थे जिन्ना सुख है मिलावट वाला है, इत्थे तो सुख मांग दुख आ गया वे, इत्थे जिन्ने सुख ने सुख के हेत बहुत दुख पावत, सेव करत जन जन की। इत्थे सुख दे वल्ले विच दुख है, उन्हें आख्या भी खोरे जंगलां घर छड्ड दईए, दुनिया छड्ड दईए, इत्थे दुख ही दुख है।
आतिश दुनिया। भावें हालांकि मनुख नूं दिसदा सी वी इत्थे दुनिया विच सुख बड़े ने, जिन्हें घर छड्डदे ने उहदे लई महल भी कोई नहीं, उहदे लई परिवार भी कोई नहीं, उहदे लई कारोबार भी कोई नहीं, उहदे पॉकेट विच पैसा भी कैश कोई नहीं, उहनूं पहनण लई चंगे कपड़े भी नहीं मिलदे, उहनूं खाण लई जंगलां दे फुल फल पत्ते तों बिना शहद अपनी मर्जी का खाना भोजन भी नहीं मिलता। उन्हें पर ये सारे सुख इसलिए त्याग दिते कि उन्हें पता लगा कि ये सारे सुख मिलावट वाले ने, इन्हां दे अंदर दुख आ जाता है। जिहड़ा चंगा भोजन खाण वाला है वह भी बीमार हो जाता है, डॉक्टर नूं कहिंदे ने हुण खाना छड्ड दे। मैं तो समझा जी खाना भी एक सुख है, भोजन भी एक सुख है। वो कहिंदा तेरी बीमारी पैदा ही इत्थों हुई, भोजन छड्ड दे। हर सुख दे ओहले विच दुख। ते कुछ लोग जड़े सन उन्होंने अपना अंदाजा बदल लिया, वो कहन लगे संसार विच दुख ही दुख ने, दुनिया छड्ड के देखिए। उन्हें घर बार छड्ड दिता, घर बार छड्ड दिता, कारोबार भी छड्ड दिता, परिवार भी छड्ड दिता, कपड़े पहनने भी छड्ड दिते, भोजन छकना भी बनाने भी छड्ड दिते, जंगलों नूं तुर पए। किस लई सानूं सार सुख मिल जाए, सार सुख मिल जाए। बाबा कबीर ने आवाज दिती, कहन लगा बने बसे क्यों पाइए। बने तो भाव जंगल, बन जंगलों में वसन नाल, टिकाणा करन नाल, घर बार छड्डन नाल, जंगलों में रहन नाल क्यों सुख मिले, क्यों सुख मिले? क्योंकि आत्मा जड़ी, मन जड़ा वख वख किस्म दियां आसां अंदर पैदा कर रहा सी, मन जड़ा तृष्णा दा बजिया होया सी, मन जड़े तरह तरह के भोजन भी चाहुंदा सी, तरह तरह के सुख भी चाहुंदा सी, भोग रस भी चाहुंदा सी, वह तो दुखी हो रहा है, चला गया जंगलों में। गुरु ने बड़ी चैवी नहीं आखिया ग्रह ताज बन खंड जाइए, चुन खाइए कंदा, अजो बेकार ना छोड़ पप्पी मन मंदा। मन तो दुखी, वो बेकार चाहता सी, तू घर तो छड़ दिता, बेकार नहीं छड़ सकया मन, तन ने घर छड़ दिता है, मन विकार नहीं छड़ सके। इसलिए जिहड़ा ढूंढन आया उन्हूं यह पता नहीं मन तो फिर दुखी है। ते सुख दुख दोनों चीजा जिहड़ियां ने, जिन्नी देर मन का साथ ना होवे उनका अंदाजा ही कोई नहीं हुंदा, माने नहीं जा सकता, ना सुख माने जा सकता है, ना दुख माने जा सकता है। दोनों चीज़ों का एहसास जिहड़ा है वो मन ने करना, वो दुखी हो रहा। बाबा कबीर जी ने भी यह आवाज दी, कहन लगे बने बसे क्यों पाई है, जो लो मनो ना तजे बेकार। जे तू तेरा मन विकार छड़ के जंगलों में नहीं जा सकिया, ते तन नूं जंगलों में फेरन नाल, घर छड़न नाल उस सार सुख नहीं मिलना। जिहड़ा सार सुख रूप परमात्मा है उनका मिलाप नहीं हो सकता। बने बसे
ਕਿਉਂ ਪਾਈ ਹੈ ਕਿਵੇਂ ਮਿਲੇ ਜੋਲੋ ਮਨੋ ਨਾ ਤਜੇ ਬਿਕਾਰ ਕਹਿਣ ਲੱਗੇ ਇਸ ਲਈ ਚੰਗੀ ਗੱਲ ਤਾਂ ਇਹ ਹੈ ਤੇ ਕਿ ਮਨ ਨੂੰ ਸਮਝਾ ਕੇ ਇਸ ਸਤਾ ਤੇ ਲੈ ਆ ਕਿ ਉਹ ਘਰ ਵਿੱਚ ਰਹਿੰਦਿਆਂ ਹੋਇਆਂ ਘਰ ਨੂੰ ਜੰਗਲ ਬਣਾ ਲਵੇ ਵਿਕਾਰਾਂ ਦਾ ਤਿਆਗ ਕਰ ਦੇਵੇ ਤਿਆਗ ਹੀ ਤਾਂ ਜੰਗਲ ਵਿੱਚ ਜਾਣ ਦੀ ਨਿਸ਼ਾਨੀ ਵੀ ਤਾਂ ਤਿਆਗ ਹੈ ਜਿਹਨਾਂ ਘਰ ਛੱਡਣੇ ਉਹਨਾਂ ਤਿਆਗ ਹੀ ਕਰਨਾ ਨਾ ਪਰ ਜੇ ਘਰ ਬਣ ਸੰਸਰ ਕੀਆ ਸੰਸਰ ਦਾ ਮਤਲਬ ਬਰਾਬਰ ਇੱਕੋ ਜਿਹਾ ਉਹ ਘਰ ਨੂੰ ਜੰਗਲ ਬਣਾਈ ਬੈਠਾ ਹੈ ਜੰਗਲ ਨੂੰ ਘਰ ਬਣਾਈ ਬੈਠਾ ਉਹਦੇ ਵਾਸਤੇ ਘਰ ਤੇ ਜੰਗਲ ਵਿੱਚ ਅੰਤਰ ਹੀ ਕੋਈ ਤਿਆਗ ਹੈ ਜੇ ਵਿਕਾਰਾਂ ਦਾ ਤਿਆਗ ਘਰ ਵਿੱਚ ਬੈਠ ਕੇ ਹੋ ਜਾਏ ਤਾਂ ਘਰ ਹੀ ਬਣ ਬਣ ਜਾਂਦਾ ਜੇ ਘਰ ਬਣ ਸੰਸਰ ਕੀਆ ਤੇ ਪੂਰੇ ਸੰਸਾਰ ਬਾਕੀ ਸਾਰਾ ਕੁਝ ਅਧੂਰਾ ਹੈ ਮਨੁੱਖ ਜੋ ਕੰਮ ਕਰ ਰਿਹਾ ਜੇ ਉਸ ਕੰਮ ਵਿੱਚ ਸਫਲਤਾ ਨਾ ਮਿਲੇ ਤਾਂ ਅਧੂਰਾ ਹੀ ਕਹਿੰਦੇ ਨਾ ਅਧੂਰਾ ਉਸੇ ਨੂੰ ਕਹਿੰਦੇ ਜਦੋਂ ਕੰਮ ਪੂਰਾ ਨਾ ਹੋਵੇ ਕਹਿਣ ਲੱਗੇ ਤੂੰ ਸੁੱਖ ਢੂੰਡਣ ਚੱਲਿਆ ਸੀ ਤਾਂ ਕਿ ਮੈਂ ਸੁਖੀ ਹੋ ਜਾਂ ਪਰ ਅਧੂਰਾ ਹੀ ਰਹਿ ਗਏ ਹੋ ਕਿਉਂਕਿ ਜਿੱਥੇ ਗਿਓ ਉੱਥੇ ਵੀ ਜੇ ਤਨ ਨੇ ਘਰ ਛੱਡਿਆ ਤਾਂ ਮਨ ਨਹੀਂ ਛੱਡ ਸਕਿਆ ਜੇ ਤਨ ਨੇ ਵਿਕਾਰਾਂ ਨੂੰ ਤਨ ਨੂੰ ਰੋਕ ਲਿਆ ਤਾਂ ਮਨ ਨਹੀਂ ਰੁਕਿਆ ਗ੍ਰਹਿਤਾ 'ਚ ਬਣ ਖੜ ਜਾਈਏ ਚੁਣਕ ਅਜੋ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ ਕੀ ਹੋਏਗਾ ਦੇਸ਼ ਛੋੜ ਪਰਦੇਸੇ ਦਹਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਹਿਣ ਲੱਗੇ ਇਸ ਲਈ ਮੈਂ ਸਮਝਦਾ ਪੂਰਾ ਸੰਸਾਰ ਅੰਦਰ ਉਹੋ ਹੀ ਹੈ ਬਾਕੀ ਸਾਰੇ ਅਧੂਰੇ ਨੇ ਸੰਸਾਰ ਅੰਦਰ ਪੂਰਾ ਉਹੋ ਹੀ ਹੈ ਜਿਹਨੇ ਘਰ ਛੱਡਿਆ ਨਹੀਂ ਕਾਰੋਬਾਰ ਤਿਆਗਿਆ ਨਹੀਂ ਪਰਿਵਾਰ ਤਿਆਗਿਆ ਨਹੀਂ ਬਲਕਿ ਵਿਕਾਰ ਤਿਆਗੇ ਨਹੀਂ ਉਹਦੇ ਵਾਸਤੇ ਘਰ ਤੇ ਬਣ ਸੰਸਰ ਹੋ ਗਿਆ ਤੇ ਪੂਰੇ ਸੰਸਾਰ ਤੇ ਪੂਰੇ ਸੰਸਾਰ ਕਹਿਣ ਲੱਗੇ ਇਸ ਲਈ ਬਾਬਾ ਕਬੀਰ ਰਹਾਉਈ ਤੋਂ ਕੁਝ ਕਹਿੰਦੇ ਨੇ ਇਸ ਲਈ ਮੈਂ ਅਰਦਾਸ ਕਰਨਾ ਤੇ ਦੁਨੀਆਂ ਨੂੰ ਇਹ ਗੱਲ ਦੱਸਣਾ ਚਾਹਨਾ ਸਾਰ ਸੁਖ ਪਾਈਐ ਰਾਮਾ ਆਓ ਵਧੀਆ ਕੁਆਲਿਟੀ ਦਾ ਜਿਹਦੇ ਵਿੱਚ ਮਿਲਾਵਟ ਨਾ ਹੋਵੇ ਜਿਸ ਸੁਖ ਨੂੰ ਪਾਇਆ ਦੁੱਖ ਨਾ ਆਵੇ ਸਾਧ ਸੁਖ ਪਾਈਐ ਰਾਮਾ ਤੇ ਕਹਿੰਦੇ ਉਹ ਸੁਖ ਦੀ ਨਿਸ਼ਾਨੀ ਕੀ ਹੈ ਰੰਗ ਰਵੋ ਆਤਮੈ ਰਾਮ ਆਤਮਾ ਨੂੰ ਮਨ ਨੂੰ ਪ੍ਰਭੂ ਦੇ ਰੰਗ ਵਿੱਚ ਰੰਗ ਲਓ ਫਿਰ ਬੇਸ਼ੱਕ ਘਰ ਵਿੱਚ ਬੈਠੇ ਰਹੋ ਪ੍ਰਭੂ ਕੀ ਹੈ ਗੁਣ ਆਪਾਂ ਕਹੀਏ ਜਦੋਂ ਅਸੀਂ ਗੁਣਾਂ ਨਾਲ ਆਤਮਾ ਨੂੰ ਸ਼ਿੰਗਾਰ ਲਵਾਂਗੇ ਸਾਡੇ ਕੋਲ ਨੇਕੀ ਆ ਜਾਏਗੀ ਸਾਡੇ ਕੋਲ ਮਿੱਠ ਬੋਲਣਾਪਣ ਆ ਜਾਏਗਾ ਸਾਡੇ ਕੋਲ ਸੱਚ ਆ ਜਾਏਗਾ ਤਾਂ ਜਿਸ ਕਾਰੋਬਾਰ ਵਿੱਚ ਜਿਸ ਪਰਿਵਾਰ ਵਿੱਚ ਬੈਠੇ ਹੋਵਾਂਗੇ ਉੱਥੇ ਹੀ ਮਾਣ ਸਨਮਾਨ ਪਿਆਰ ਪਰਿਵਾਰ ਦਾ ਸਭ ਕੁਝ ਪ੍ਰਾਪਤ ਹੋਏਗਾ ਕਹਿਣ ਲੱਗੇ ਇਸ ਲਈ ਚੰਗੀ ਗੱਲ ਇਹ ਹੈ ਘਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਬਜਾਏ ਵਿਕਾਰ ਤਿਆਗ ਦੇ ਸਾਧ ਸੁਖ ਪਾਈਐ ਰਾਮਾ ਰੰਗ ਰਵੋ ਆਤਮੈ ਰਾਮ ਪਰ ਕਹਿਣ ਲੱਗੇ ਹੇ ਜੋਗੀ ਇਹ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਭਟਕਣ ਵਾਲੇ ਸੰਨਿਆਸੀ ਮੈਂ ਜਦੋਂ ਤੇਰੇ ਵੱਲ ਦੇਖਣਾ ਤੇ ਸੋਚਣਾ ਜਟਾ ਭਸਮ ਲੇਪਨ ਕੀਆ ਜਟਾਵਾਂ ਵਿੱਚ ਭਸਮ ਦਾ ਸੁਆਹ ਦਾ ਲੇਪਨ ਕਰ ਲਿਆ ਜਟਾਵਾਂ ਕਿਵੇਂ ਬਣਦੀਆਂ ਨੇ ਉਹਦੇ 'ਚ ਸੁਆਹ ਪਾਉਂਦੇ ਨੇ ਅਤੇ
ਬਾਬਾ ਕਬੀਰ ਕਹਿਣ ਲੱਗੇ, ਮੈਂ ਦੇਖਣਾ ਕਿ ਤੂੰ ਇਹ ਸੱਚ ਜਾਂ ਸੁੱਖ ਢੂੰਡ ਰਿਹਾ, ਸੁੱਖ ਢੂੰਡ ਰਿਹਾ। ਇਹ ਜੀਵਨ ਜਿਹੜਾ ਬੜਾ ਕੀਮਤੀ ਸੀ, ਇਹ ਤਨ ਜਿਹੜਾ ਬੜਾ ਕੀਮਤੀ ਸੀ, ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਗੁਰੂ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਈ ਪਾਈ। ਇੰਨਾ ਕੀਮਤੀ ਤਨ ਤੂੰ ਬਰਬਾਦ ਕਰਕੇ ਰੱਖ ਦਿੱਤਾ, ਇਹਦੇ ਸਭ ਤੋਂ ਸੂਰਤ ਖੂਬਸੂਰਤ ਅੰਗ ਕੇਸ ਜਿਹੜੇ ਨੇ ਉਹਦੇ ਵਿੱਚ ਤੂੰ ਭਸਮ ਸੁਆਹ ਪਾ ਕੇ, ਲੇਪਣ ਪਾ ਕੇ ਇਹਦੀਆਂ ਜਟਾਵਾਂ ਬਣਾ ਲਈਆਂ। ਤੂੰ ਆਖਿਆ ਇਹ ਖੂਬਸੂਰਤ, ਇਹਦੇ ਨਾਲ ਖੋਰੇ ਕੋਈ ਸੁੱਖ ਮਿਲ ਜਾਏਗਾ? ਜਟਾ ਭਸਮ ਲੇਪਨ ਕੀਆ, ਕਹਾ ਗੁਫਾ ਮੈਂ ਬਾਸ। ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲਾ ਗਿਆ, ਪਹਾੜਾਂ ਦੀਆਂ ਪਰਬਤਾਂ ਦੀਆਂ ਗੁਫਾਵਾਂ ਵਿੱਚ ਬਹਿ ਗਿਆ। ਤੂੰ ਆਖਿਆ ਦੁਨੀਆਂ ਦੀ ਇਸ ਆਤਿਸ਼ ਤੋਂ, ਦੁਨੀਆਂ ਦੀ ਅੱਗ ਤੋਂ ਬਚ ਜਾਵਾਂਗਾ, ਇੱਥੇ ਸੁੱਖ ਮਿਲੇਗਾ। ਕਹਾਂ ਗੁਫਾ ਮੈਂ ਬਾਸ, ਕਹਿਣ ਲੱਗੇ ਮੈਂ ਤੈਨੂੰ ਯਕੀਨ ਦਿਵਾਨਾ, ਮਨ ਜੀਤੇ ਜਗ ਜੀਤੇ ਆ। ਜੇ ਤੂੰ ਕਹੇ ਨਾ ਵੀ ਤਨ ਨੂੰ ਕਿਸੇ ਗੁਫਾਵਾਂ ਵਿੱਚ ਬਿਠਾ ਕੇ, ਤਨ ਦੇ ਸਰੀਰ ਦੇ ਅੰਗ ਕੇਸਾਂ ਵਿੱਚ ਸੁਆਹ ਪਾ ਕੇ, ਜਟਾਵਾਂ ਬਣਾ ਕੇ ਸੁੱਖ ਮਿਲ ਜਾਏਗਾ, ਬਿਲਕੁਲ ਨਹੀਂ। ਮਨ ਜੀਤੇ ਜਗ ਜੀਤੇ ਆ, ਉਹ ਤਾਂ ਸੁਆਹ ਪਾਉਣ ਤੋਂ ਬਾਅਦ, ਜਟਾਵਾਂ ਬਣਾਉਣ ਤੋਂ ਬਾਅਦ ਵੀ ਮਨ ਵਸ ਵਿੱਚ ਨਹੀਂ ਹੋਇਆ। ਵਿਸ਼ਵਾਸ ਕਰ, ਮਨ ਜੀਤੇ ਜਗ ਜੀਤਿਆ, ਜਾਤੇ ਵਿਖਿਆ ਤੇ ਹੋਏ ਉਦਾਸ। ਇਸ ਲਈ ਚੰਗੀ ਗੱਲ ਇਹ ਹੈ ਕਿ ਤੂੰ ਵਿਕਾਰਾਂ ਰੂਪੀ ਜ਼ਹਿਰ ਤੋਂ ਆਪਣੇ ਆਪ ਨੂੰ ਉਦਾਸ ਕਰ, ਘਰ ਬਾਰ ਤੋਂ ਉਦਾਸ ਨਾ ਹੋ। ਤੂੰ ਤਾਂ ਉਦਾਸੀ ਧਾਰਨ ਕਰ ਲਈ ਘਰ ਬਾਰ ਛੱਡ ਕੇ, ਪਰਿਵਾਰ ਛੱਡ ਕੇ। ਚਾਹੀਦਾ ਇਹ ਸੀ ਕਿ ਤੂੰ ਜ਼ਹਿਰ ਤੋਂ, ਵਿਕਾਰਾਂ ਰੂਪੀ ਵਿਖਿਆ ਤੋਂ ਉਦਾਸ ਹੁੰਦੋ। ਕਹਿਣ ਲੱਗੇ ਮਨ ਜੀਤੇ ਜਗ ਜੀਤਿਆ, ਜਾਤੇ ਵਿਖਿਆ ਤੇ ਹੋਏ ਉਦਾਸ। ਵਿਕਾਰਾਂ ਰੂਪੀ ਜ਼ਹਿਰ ਤੋਂ ਉਦਾਸੀ ਧਾਰਨ ਕਰ, ਪਰਿਵਾਰ ਤੋਂ, ਦੁਨੀਆਂ ਤੋਂ, ਕਾਰੋਬਾਰ ਤੋਂ ਉਦਾਸੀ ਧਾਰਨ ਨਹੀਂ ਕਰਨੀ, ਉਦਾਸੀ ਧਾਰਨ ਕਰਨੀ ਹੈ ਵਿਕਾਰਾਂ ਤੋਂ, ਜਿਹੜੀ ਜ਼ਹਿਰ ਜੀਵਨ ਨੂੰ ਲੱਗੀ ਹੋਈ ਹੈ, ਜਿਹੜੀ ਜੀਵਨ ਬਰਬਾਦ ਵਿਕਾਰਾਂ ਦੀ ਜ਼ਹਿਰ ਨਾਲ ਹੋ ਰਿਹਾ, ਉਹਦੇ ਤੋਂ ਆਪਣੇ ਆਪ ਨੂੰ ਉਦਾਸ ਕਰਨਾ ਹੈ। ਕਹਿਣ ਲੱਗੇ ਉਦਾਸੀ ਤਾਂ ਹੈ ਹੀ, ਭਾਵੇਂ ਕਿਸੇ ਰੂਪ ਵਿੱਚ ਹੈ। ਪਰ ਜਵਾਬ ਬਾਬਾ ਕਬੀਰ ਜੀ ਦਾ ਬੜਾ ਖੂਬਸੂਰਤ ਸੀ। ਕਹਿਣ ਲੱਗੇ ਉਦਾਸੀ ਉਦਾਸੀ ਵਿੱਚ, ਤਿਆਗਣ ਤਿਆਗਣ ਵਿੱਚ, ਤਿਆਗ ਤਿਆਗ ਵਿੱਚ ਇੱਕ ਅੰਤਰ ਹੈ। ਕਹਿਣ ਲੱਗੇ ਕਿਵੇਂ ਅੰਜਨ ਦੇ ਸਮੇਂ ਕੋਈ ਟੁਕ ਚਾਹਨ ਮਾਹੇ ਬਿਡਾਨ। ਕਹਿੰਦੇ ਨੇ ਸੁਰਮਾ ਤਾਂ ਸੁਰਮਾ ਹੈ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਕਜਲ ਨੂੰ, ਅੱਖਾਂ ਵਿੱਚ ਪਾਉਣ ਵਾਲੇ ਸੁਰਮੇ ਨੂੰ ਕਹਿੰਦੇ ਨੇ ਸੁਰਮਾ ਤਾਂ ਸੁਰਮਾ ਹੈ। ਪਰ ਸੁਰਮੇ ਦੇ ਪਾਉਣ ਦਾ ਢੰਗ ਵੀ ਹਰ ਇੱਕ ਦਾ, ਪਾਉਣ ਦਾ ਮਕਸਦ ਵੀ ਹਰ ਇੱਕ ਦਾ ਵੱਖਰਾ ਹੈ। ਅਤੇ ਫਿਰ ਸੁਰਮਾ ਪਾ ਕੇ ਤੱਕਣਾ ਕੀ ਹੈ? ਲੋਕ ਬੜੀ ਬੜੀ ਪੁਰਾਣੀ ਕਹਾਵਤ ਬਣੀ ਹੈ ਵੀ ਸੁਰਮਾ ਪਾਉਂਦਾ ਹਰ ਕੋਈ ਹੈ, ਮਟਕਾਉਣਾ ਕਿਸੇ ਕਿਸੇ ਨੂੰ ਆਉਂਦਾ ਹੈ, ਪੁਰਾਣੀ ਜ਼ਮਾਨੇ ਦੀ ਕਹਾਵਤ। ਕਹਿਣ ਲੱਗੇ ਅੰਜਣ ਦੇ ਸਭੈ ਕੋਈ ਟੁੱਕ ਚਾਹਣ ਮਾਹੇ ਵਿਡਾਨ। ਟੁੱਕ ਦਾ ਮਤਲਬ ਹੁੰਦਾ ਦੇਖਣਾ, ਹਰ ਕੋਈ ਸੁਰਮਾ ਪਾਉਂਦਾ ਪਰ ਸੁਰਮੇ ਪਾਉਣ ਦਾ ਮਕਸਦ ਵੱਖਰਾ ਹੈ। ਇੱਕ ਆਪਣੀ ਖੂਬਸੂਰਤੀ ਲਈ ਪਾ ਰਿਹਾ, ਦੂਜਾ ਦਵਾਈ ਵਜੋਂ ਆਪਣੀਆਂ ਅੱਖਾਂ ਦੇ ਸਾਫ਼ ਸੁਥਰੇ ਪਾਣੀ 'ਤੇ ਨਜ਼ਰ ਲਈ ਪਾ, ਕਿਉਂਕਿ ਪੁਰਾਤਨ ਸਮੇਂ ਅੰਦਰ ਵੈਦ ਹਕੀਮ ਸਭ ਕੁਛ ਤੋਂ ਜ਼ਿਆਦਾ ਉਹਨਾਂ ਕੋਲ ਦਵਾਈ ਅੱਖਾਂ ਲਈ ਸੁਰਮਾ ਹੀ ਹੁੰਦੀ ਸੀ। ਲੈ ਵੀ ਸੁਰਮਾ ਪਾਇਆ ਕਰ, ਬਜ਼ੁਰਗ ਜਾਣਦੇ ਨੇ। ਕਈ ਵਾਰੀ ਹਕੀਮ ਆਖਦੇ ਸਨ ਬੱਚੇ ਨੂੰ ਰੋਜ਼ ਸੁਰਮਾ ਪਾਇਆ ਕਰੋ। ਜਿੰਨਾ ਬਜ਼ੁਰਗ ਮਾਵਾਂ ਨੇ ਆਪਣੇ ਛੋਟੇ ਬੱਚੇ ਪਾਲੇ ਨੇ ਨਾ, ਉਹਨਾਂ ਨੂੰ ਪਤਾ ਛੋਟੇ ਛੋਟੇ ਬੱਚਿਆਂ ਨੂੰ
ਜਨਮ ਤੋਂ ਕੁਝ ਦਿਨਾਂ ਬਾਅਦ ਹੀ ਸਪੈਸ਼ਲ ਸਲਾਈਆਂ ਉਹਨਾਂ ਵਾਸਤੇ ਆਉਂਦੀਆਂ ਸਨ ਅਤੇ ਉਹਨਾਂ ਨੂੰ ਹਰ ਰੋਜ਼ ਇਸ਼ਨਾਨ ਤੋਂ ਨਹਾਉਣ ਤੋਂ ਆਉਣ ਤੋਂ ਬਾਅਦ ਸੁਰਮਾ ਪਾਉਂਦੇ ਸਨ। ਕਹਿੰਦੇ ਸਨ ਇਹਦੀਆਂ ਅੱਖਾਂ ਤੰਦਰੁਸਤ ਹੋਣਗੀਆਂ, ਇਹਦੀਆਂ ਅੱਖਾਂ ਖੂਬਸੂਰਤ ਹੋਣਗੀਆਂ ਜੇ ਰੋਜ਼ ਸੁਰਮਾ ਪਾਓਗੇ। ਸੁਰਮੇ ਪਾਉਣ ਦਾ ਹੁਣ ਬੱਚੇ ਨੂੰ ਕੀ ਪਤਾ, ਬੱਚੇ ਨੇ ਕਿਸ ਖਿਆਲ ਨਾਲ ਸੁਰਮਾ ਪਾਉਣਾ, ਮਤਲਬ ਬੱਚੇ ਨੂੰ ਵੀ ਸੁਰਮਾ ਜ਼ਰੂਰੀ। ਕਹਿਣ ਲੱਗੇ ਬਸ ਸੁਰਮਾ ਤਾਂ ਇੱਕੋ ਹੈ ਪਰ ਹਰ ਕਿਸੇ ਦਾ ਪਾਉਣ ਦਾ ਮਕਸਦ ਵੱਖਰਾ ਹੈ। ਅੰਜਨ ਦੇ ਸਭ ਕੋਈ ਟੁਕ ਚਾਹਨ ਮੈਂ ਬਿਡਾਨ, ਗਿਆਨ ਅੰਜਨ ਜੇ ਪਾਇਆ। ਕਹਿਣ ਲੱਗੇ ਇਸੇ ਤਰ੍ਹਾਂ ਗਿਆਨ ਵੀ ਇੱਕ ਸੁਰਮਾ ਹੈ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਗਿਆਨ ਵੀ ਇੱਕ ਸੁਰਮਾ ਹੈ ਜਿਹਦੇ ਨਾਲ ਨਜ਼ਰ ਤੇਜ਼ ਹੁੰਦੀ ਹੈ। ਹਕੀਮ ਵੀ ਆਖਦੇ ਸਨ ਸੁਰਮਾ ਪਾਇਆ ਕਰ ਨਜ਼ਰ ਠੀਕ ਰਹੇਗੀ। ਗੁਰੂ ਕਹਿੰਦੇ ਨੇ ਗਿਆਨ ਵੀ ਇੱਕ ਸੁਰਮਾ ਹੈ। ਰੋਜ਼ ਪੜ੍ਹਨੇ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਕਹਿਣ ਲੱਗੇ ਗਿਆਨ ਵੀ ਇੱਕ ਸੁਰਮਾ ਹੈ, ਇਹਦੇ ਨਾਲ ਤੇਰੀ ਨਜ਼ਰ ਤੇਜ਼ ਹੋਵੇਗੀ ਭਾਵ ਤੂੰ ਚੰਗੇ ਅਤੇ ਮੰਦੇ ਦੀ ਪਛਾਣ ਕਰ ਸਕੇਗਾ। ਗਿਆਨ ਅੰਜਨ ਜੇ ਪਾਇਆ। ਫਿਰ ਕਹਿਣ ਲੱਗੇ ਤੇ ਲੋਇਨ ਪਰਵਾਨ। ਕਹਿਣ ਲੱਗੇ ਜਿਨ੍ਹਾਂ ਨੇ ਗਿਆਨ ਦਾ ਅੰਜਨ ਗਿਆਨ ਦਾ ਸੁਰਮਾ ਪਾਇਆ ਹੈ ਨਾ, ਮੈਨੂੰ ਉਹ ਲੋਇਨ ਉਹ ਅੱਖਾਂ ਬੜੀਆਂ ਚੰਗੀਆਂ ਲੱਗਦੀਆਂ ਨੇ। ਬਾਬਾ ਕਬੀਰ ਕਹਿੰਦੇ ਨੇ ਗਿਆਨ ਅੰਜਨ ਜੈ ਪਾਇਆ ਤੇ ਲੋਇਨ ਪਰਵਾਨ। ਕਹਿਣ ਲੱਗੇ ਉਹ ਲੋਇਨ ਪਰਵਾਨ ਕਿਉਂ ਨੇ ਜਿਨ੍ਹਾਂ ਨੇ ਗਿਆਨ ਦਾ ਅੰਜਨ ਪਾਇਆ। ਲਓ ਆਖਰੀ ਲਾਈਨ ਅੰਦਰ ਬਾਬਾ ਕਬੀਰ ਜਵਾਬ ਦਿੰਦੇ ਨੇ। ਕਹੇ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾ। ਕਹਿਣ ਲੱਗੇ ਮੈਨੂੰ ਹੁਣ ਪਤਾ ਲੱਗਿਆ ਕਿ ਗਿਆਨ ਦਾ ਅੰਜਨ ਕੀ ਹੈ। ਜਦੋਂ ਮੈਨੂੰ ਗੁਰੂ ਨੇ ਸਮਝਾ ਦਿੱਤਾ ਕਿ ਦੇਖ ਗਿਆਨ ਦਾ ਅੰਜਨ ਪਾਉਣ ਨਾਲ ਤੇਰੀ ਨਿਗਾਹ ਇੰਨੀ ਸਵੱਛ ਅਤੇ ਗਿਆਨਮਈ ਤੇਜ਼ ਹੋ ਜਾਂਦੀ ਹੈ ਕਿ ਤੂੰ ਆਪਣੇ ਅੰਦਰ ਗੁਆਚਿਆ ਹੋਇਆ ਰੱਬ ਲੱਭ ਲੈਣਾ, ਜਿਹਦੀਆਂ ਅੱਖਾਂ ਨਹੀਂ ਉਹਨੇ ਕੀ ਲੱਭਣਾ। ਗੁਰੂ ਨੇ ਵਾਰ ਵਾਰ ਕਿਉਂ ਆਖਿਆ ਕਿ ਉਹ ਲੋਇਨ ਵੱਖਰੇ ਨੇ ਜਿਨ੍ਹਾਂ ਨਾਲ ਰੱਬ ਲੱਭਦਾ। ਲੋਇਨ ਲੋਈ ਡਿੱਠ ਪਿਆਸ ਨਾ ਬੂਝੇ ਮੂੰਹ ਖਣੀ, ਨਾਨਕ ਸੇ ਅੱਖੜੀਆਂ ਬਿਆਨ ਜਿਹਨੇ ਦਿਸਣ ਦੋ ਮਾਪੇਰੀ। ਕਹਿਣ ਲੱਗੇ ਜਿਹੜੀਆਂ ਅੱਖਾਂ ਗਿਆਨ ਅੰਜਨ ਨਾਲ ਸਜਾਈਆਂ ਜਾਂਦੀਆਂ ਨੇ ਨਾ, ਉਹਨਾਂ ਦੀ ਨਿਗਾਹ ਇੰਨੀ ਤੇਜ਼ ਹੋ ਜਾਂਦੀ ਹੈ ਅੰਦਰ ਬੈਠਾ ਰੱਬ ਦਿਸ ਪੈਂਦਾ। ਕਹਿਣ ਲੱਗੇ ਕਹੇ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾ। ਗੁਰ ਗਿਆਨ ਦੀਆ ਸਮਝਾ। ਅੰਤਰਗਤ ਹਰ ਭੇਟਿਆ। ਭੇਟਣ ਦਾ ਅਰਥ ਹੁੰਦਾ ਭੇਟ ਕਰਨੀ, ਮਿਲਣਾ। ਕਹਿਣ ਲੱਗੇ ਅੰਤਰਗਤ ਅੰਦਰੋਂ ਹੀ ਮੈਨੂੰ ਪ੍ਰਭੂ ਮਿਲ ਗਿਆ। ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤੂੰ ਨਾ ਜਾ। ਅਬ ਮੇਰਾ ਮਨ ਕਤੂੰ ਨਾ ਜਾ।
अब मेरा मन कतूं न जाए, सार सुख पाइए रमा, सार सुख पाइए दे सुख मिलावट वाले ने उन्हां विच किसे न किसे ढंग नाल छुप के दुख भी नाल ही आ जाता है। अज नहीं कल पता लगता है, कल नहीं परसों। इसे लिए मनुख सुख होंदिया होया भी सुख का एहसास नहीं कर रहा, ते सार सुख हो है जिंद विच दुख कोई नहीं। श्रेष्ठ प्योर सुख जिहड़ा जंगलों में जाने वाले नूं भी नहीं मिलता, जिहड़ा भस्म लगाने वाले नूं भी नहीं मिलता, बल्कि कहन लगे वह मिलता है गुरु जदों अखां विच नेत्रां विच ज्ञान का अंजन पा देंदा है। जदों ज्ञान का अंजन नेत्री पैंदा तां फिर अंदरों प्रभु मिलता है, ते उस प्रभु दे मिलाप नू सार सुख कहिंदे ने, क्योंकि वह प्रभु जिहड़ा है उन्दे कोल दुख कोई नहीं, उत्थे दुख कोई नहीं, दुख प्रवेश ही नहीं कर सकता। इसलिए जदों प्रभु दा मिलाप अंदरों मिलदा है ते मिलदा है ज्ञान अंजन नाल, कहो कबीर अब जानिया गुर ज्ञान दिया समझाए, अंतरगत हर पेठिया अब मेरा मन कथों ना जाए। फिर मन नू किते भटकना नहीं पैंदा, ना जंगलां विच बियाबानां विच ना घर बार छड्डन विच, सिर्फ ज्ञान अंजन दी लोड़ है। इन्हां शब्दां नाल खिमादा जा चुकां, फतेह बुलाओ, वाहिगुरु जी का खालसा, वाहिगुरु जी की।